ਸੇਫ ਸਕੂਲ ਵਨ ਪੋਲਿਸੀ ਤਹਿਤ ਅੱਜ ਅਸੀਂ ਜਿਵੇਂ ਗੱਡੀਆਂ ਦੀ ਚੈਕਿੰਗ ਕੀਤੀ ਸੀਗੀ, ਜਿਹਦੇ 'ਚੋਂ 3 ਗੱਡੀਆਂ ਅਸੀਂ ਇੰਪਾਊਂਡ ਕੀਤੀਆਂ ਸੀਗੀਆਂ ਅਤੇ 20 ਦੇ ਉੱਤੇ ਅਸੀਂ ਚੈਕਿੰਗ ਦੇ ਦੌਰਾਨ ਚਲਾਨ ਪਾਏ ਹੈਗੇ ਆ। ਅਤੇ ਜਿਹੜੇ ਈ ਰਿਕਸ਼ਾ ਸਾਨੂੰ ਇੱਧਰ ਉੱਧਰ ਮਿਲ ਰਹੇ ਸੀਗੇ ਬੱਚਿਆਂ ਨੂੰ ਲਿਜਾਣ ਵਾਲੇ, ਅਸੀਂ ਉਹਨਾਂ ਦੇ ਉੱਤੇ ਮਤਲਬ ਇੰਪਾਊਂਡ ਨਹੀਂ ਕਰਤਾ ਹੈਗਾ ਉਹਨਾਂ ਨੂੰ। ਸਾਡੇ ਸਾਹਮਣੇ ਹੁਣ ਇੱਕ ਥੋੜ੍ਹੇ ਟਾਈਮ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ, ਮੇਰੇ ਕੋਲ ਪਰਸਨਲੀ ਆਈ ਸੀਗੀ ਵੀਡੀਓ ਵਾਇਰਲ, ਤਾਂ ਕਿ ਉਹ ਪਰਸਨਲੀ ਕਿਸੇ ਵਟਸਐਪ 'ਤੇ ਆਈ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ। ਇੱਕ ਸਕੂਲ ਬੱਸ, ਕਿਸੇ ਸਕੂਲ ਦੀ ਬੱਸ ਜਿਹਦੇ ਬੈਕ ਸਾਈਡ ਦਾ ਸ਼ੀਸ਼ਾ ਵੀ ਨਹੀਂ ਹੈ ਔਰ ਬੱਚੇ ਬਾਂਹ ਕੱਢ ਕੇ ਬਾਹਰ ਬੈਠੇ ਹੈ, ਮਤਲਬ ਕਦੇ ਵੀ ਮਿਸਹੈਪਨਿੰਗ ਹੋ ਸਕਦੀ ਹੈਗੀ ਹੈ। ਉਹ ਸਕੂਲ ਸੀਗਾ ਰਿਵਰ ਡਾਲੇ ਕੇ ਪਿੰਡ ਭੈਰੋਵਾਲ ਦਾ, ਤਹਿਸੀਲ ਖੰਡੂਰ ਸਾਹਿਬ ਦੇ ਅੰਦਰ। ਅੱਜ ਮੈਂ ਉਹਦੇ ਖਿਲਾਫ਼ FIR ਦਰਜ ਕਰਨ ਲਈ ਮਾਣਯੋਗ SSP ਸਾਹਿਬ ਨੂੰ ਲੈਟਰ ਕੱਢਤਾ ਹੈਗਾ, ਅਤੇ ਜਿਹਦੇ 'ਚ ਮੈਂ ਸਾਫ਼ ਸਪਸ਼ਟ ਕੀਤਾ ਵੀ ਧਾਰਾ 122A ਦੇ ਅੰਦਰ ਉਹਨਾਂ ਦੇ FIR ਦਰਜ ਕੀਤੀ ਜਾਵੇ, ਜਿਹਦੇ 'ਚ 1 ਸਾਲ ਦੀ ਸਜ਼ਾ ਅਤੇ 2500 ਰੁਪਏ ਜੁਰਮਾਨਾ ਵੀ ਹੈ, ਜਾਂ ਦੋਨੋਂ ਵੀ ਹੋ ਸਕਦੇ ਹਨ। ਅਤੇ FIR ਹੁਣ ਮੈਂ DC ਸਾਹਿਬ ਦੇ ਨਾਲ ਤਾਲਮੇਲ ਅਤੇ SSP ਸਾਹਿਬ ਨਾਲ ਤਾਲਮੇਲ ਕਰਕੇ ਜਲਦ ਤੋਂ ਜਲਦ ਕਰਵਾਵਾਂਗਾ। ਸਰ ਬਾਕੀ ਸਕੂਲਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਦੀਆਂ? ਦੇਖੋ, ਮੈਂ ਸਪਸ਼ਟ ਕਰਨਾ ਚਾਹੁੰਦਾ, ਆਹ ਮੇਰੇ ਕੋਲ ਇੱਕ ਕਾਗਜ਼ ਹੈਗਾ। ਦੇਖੋ, ਮੈਂ ਕਿਸੇ ਦਾ ਬੁਰਾ ਨਹੀਂ ਕਰਨਾ, ਪਰ ਜੇ ਤੁਸੀਂ ਨਿਯਮ ਨਹੀਂ ਮੰਨੋਗੇ ਤਾਂ ਮੈਂ ਫਿਰ ਇਸ ਨਿਯਮਾਂ ਦੇ ਖਿਲਾਫ਼ ਬਣਦੀ ਕਾਰਵਾਈਆਂ ਜ਼ਰੂਰ ਕਰਨੀਆਂ ਹੈਗੀਆਂ। ਆਹ ਤੁਹਾਡੇ ਸਾਹਮਣੇ ਇੱਕ ਲੈਟਰ ਹੈਗਾ ਜਿਹੜਾ ਮੈਂ ਅੱਜ ਮਾਨਯੋਗ SSP ਸਾਹਿਬ ਨੂੰ ਇਸ਼ੂ ਕੀਤਾ ਹੈਗਾ, ਤੁਸੀਂ ਸਾਫ਼ ਸਪਸ਼ਟ ਦੇਖ ਸਕਦੇ ਹੋ। ਦੇਖੋ, ਹੁਣ ਮੇਰੀ ਜਿਵੇਂ ਨਜ਼ਰ 'ਚ ਆਇਆ ਹੈ, ਮੇਰੀ ਫਸਟ FIR ਦਰਜ ਹੋ ਰਹੀ ਹੈਗੀ ਹੈ। ਇਸ ਤੋਂ ਬਾਅਦ ਲਗਾਤਾਰ ਹੁਣ ਰਹਿਣੀ ਹੈ, ਕਿਉਂਕਿ ਮਾਨਯੋਗ DC ਸਾਹਿਬ ਨੇ 15 ਅਕਤੂਬਰ ਤੱਕ ਦਾ ਟਾਈਮ ਦਿੱਤਾ ਸੀਗਾ, 15 ਤਰੀਕ ਦੇ ਅਕਤੂਬਰ ਤੋਂ ਬਾਅਦ ਜਿਨ੍ਹਾਂ ਨੇ ਹੁਣ ਕੰਪਲੀਟ ਨਹੀਂ ਕੀਤੀ ਤਾਂ ਮੈਂ ਹੁਣ FIR-ਾਂ 'ਤੇ ਆ ਗਿਆ। ਇਸ ਤੋਂ ਬਾਅਦ ਮੇਰਾ ਮਕਸਦ ਇੱਕੋ ਹੀ ਹੈ ਅਤੇ ਪੇਰੈਂਟਸ ਤੱਕ ਰਿਕੁਐਸਟ ਵੀ ਹੈਗੀ ਹੈ ਵੀ ਉਹ ਆਪਦੇ ਬੱਚਿਆਂ ਦੀ ਸੇਫਟੀ ਦਾ ਧਿਆਨ ਰੱਖਣ। ਬੱਸਾਂ ਜਿੰਨੀਆਂ ਕੰਪਲੀਟ ਸੇਫ ਹੋਣਗੀਆਂ, ਉਨੇ ਹੀ ਤੁਹਾਡੇ ਬੱਚੇ ਸੁਰੱਖਿਅਤ ਰਹਿਣ। ਰਿਵਰਡੇਲ ਸੀਨੀਅਰ ਸੈਕੰਡਰੀ ਸਕੂਲ, ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ 'ਚ ਬੱਚੇ ਜਿਹੜੀ ਬੱਸ ਚੱਲਦੀ ਪਈ ਆ ਉਹਦੇ ਸ਼ੀਸ਼ੇ ਟੁੱਟੇ ਪਏ ਆ, ਉਹਦੇ ਸੰਬੰਧ ਵਿੱਚ ਤਰਨ ਤਾਰਨ ਜ਼ਿਲ੍ਹਾ ਸੁਰੱਖਿਆ ਅਫਸਰ ਵੱਲੋਂ ਇੱਕ FIR ਲਾਂਚ ਦੀ ਅਪੀਲ ਕੀਤੀ ਗਈ ਆ SRI ਸਾਹਿਬ ਅਰਜੀ ਕੀਤੀ ਗਈ, ਤੁਹਾਡਾ ਬਾਰੇ ਕੀ ਕਹਿਣਾ ਜੀ? ਜੀ, ਉਹ ਸਾਡੀ ਪੁਰਾਣੀ ਵੀਡੀਓ, ਹੁਣ ਸਾਡੇ ਉਹ ਵੈਨ ਜਿਹੜੀ ਆ ਉਹ ਸੇਲ ਹੋ ਚੁੱਕੀ ਹੈ, ਬਹੁਤ ਪੁਰਾਣੀ ਆ। ਠੀਕ ਹੈ, ਸਾਡੀ ਤਾਂ ਉਹ ਵੈਨ ਹੈ ਹੀ ਨਹੀਂ ਜੀ। ਠੀਕ ਹੈ, ਉੱਥੇ ਮਤਲਬ ਉਹ ਅਸੀਂ ਸੇਲ ਕਰ ਚੁੱਕੇ ਹਾਂ ਕਬਾੜੀਆਂ ਕੋਲ, ਅਤੇ ਹੁਣ ਉਹਨਾਂ ਲਈ ਜੋ ਵੀ ਹੋਊ। ਠੀਕ ਹੈ, ਪਰ ਜਿਸ ਅਧਿਕਾਰੀ ਕੋਲ ਗਈ ਹੈ ਜਾਂ ਜਿਸ ਬੰਦੇ ਨੇ ਭੇਜੀ ਆ, ਉਹ ਕਹਿੰਦੇ ਵੀ ਕਰੰਟ ਵੀਡੀਓ ਹੋਈ ਆ, ਕਰੰਟ ਰਿਕਾਰਡ ਕੀਤੀ ਉਹਨਾਂ ਨੇ। ਇਹ ਪੁਰਾਣੀ ਹੈ ਜੀ, ਕਰੰਟ ਨਹੀਂ ਪੁਰਾਣੀ ਆ, ਮਤਲਬ 1-2 ਸਾਲ ਪਹਿਲਾਂ ਪੁਰਾਣੀ ਆ। ਅੱਛਾ, ਹਾਂਜੀ।